ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਰਾਜ ਵਿਧਾਨ ਸਭਾ ਦੇ ਮੈਂਬਰਾਂ ਲਈ ਮਾਤਾ ਸਹਿਬ ਕੌਰ ਦੀ ਜੀਵਨੀ ਉੱਪਰ ਆਧਾਰਿਤ ਫਿਲਮ ਸੁਪਰ ਮਦਰ ਹੁੱਡ ਦੀ ਸਕਰੀਨਿੰਗ ਦਾ ਪ੍ਰਬੰਧ ਕੀਤਾ। ਇਹ ਫਿਲਮ ਗੁਰੂ ਗੋਬਿੰਦ ਸਿੰਘ ਜੀ ਦੀ ਪਤਨੀ ਮਾਤਾ ਸਹਿਬ ਕੌਰ ਦੇ ਜੀਵਨ ਨੂੰ ਦਰਸਾਉਂਦੀ ਹੈ ਪਰ ਫਿਲਹਾਲ ਫਿਲਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੋ ऑब्ਜੈਕਸ਼ਨ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਫਿਲਮ ਮੇਕਰ ਨੇ ਮਾਰਚ ਦੇ ਆਖਰੀ ਹਫਤੇ ਐਨਓਸੀ ਲੈਣ ਲਈ ਸ਼੍ਰੋਮਣੀ ਕਮੇਟੀ ਕੋਲ ਪਹੁੰਚ ਕੀਤੀ ਸੀ। ਇਸ ਤੋਂ ਤੁਰੰਤ ਬਾਅਦ ਐਸਜੀਪੀਸੀ ਨੇ ਇੱਕ ਸਬ ਕਮੇਟੀ ਬਣਾਈ ਜਿਸ ਨੇ ਫਿਲਮ ਨੂੰ ਦੇਖਿਆ ਅਤੇ ਐਨਓਸੀ ਜਾਰੀ ਕਰਨ ਤੋਂ ਇਨਕਾਰ ਕਮੇਟੀ ਨੇ ਫਿਲਮ ਤੇ 7 ਇਤਰਾਜ਼ ਉਠਾਏ ਨੇ ਇਸਨੇ ਫਿਲਮ ਮੇਕਰ ਨੂੰ ਕਿਹਾ ਕਿ ਅਕਾਲ ਤਖਤ ਦੇ ਨਿਰਦੇਸ਼ ਸਿੱਖ ਗੁਰੂਆਂ ਤੇ ਕੋਈ ਵੀ ਫਿਲਮ ਬਣਾਉਣ ਦੇ ਵਿਰੁੱਧ ਹੈ ਨਾਲ ਹੀ ਇਹ ਕਿਹਾ ਗਿਆ ਕਿ ਫਿਲਮ ਵਿੱਚ ਕੁਝ ਘਟਨਾਵਾਂ ਨੂੰ ਤੱਥਾਂ ਨਾਲ ਨਹੀਂ ਦਰਸਾਇਆ ਗਿਆ ਕਮੇਟੀ ਮੈਂਬਰਾਂ ਨੇ ਇਹ ਵੀ ਕਿਹਾ ਕਿ ਫਿਲਮ ਦਾ ਨਿਰਦੇਸ਼ਨ ਵੀ ਬਹੁਤ ਮਾੜਾ ਹੈ ਇਸ ਫਿਲਮ ਵਿੱਚ ਮਾਤਾ ਸਹਿਬ ਕੌਰ ਨੂੰ ਬਾਲ ਅਵਸਥਾ ਤੋਂ ਲੈ ਕੇ ਜ਼ੁਲਮ ਵਿਰੁੱਧ ਲੜਦੇ ਦਿਖਾਇਆ ਗਿਆ ਪਰ ਫਿਲਮ ਦੇ ਫਿਲਮਾਂਕਣ ਸਮੇਤ ਫਿਲਮ ਦੀ ਕਹਾਣੀ ਨੂੰ ਤੱਥਾਂ ਤੋਂ ਪਰਾਂ ਦੱਸਦਿਆਂ ਐ ਜੀ ਪੀ ਸੀ ਨੇ ਕੁਝ ਵੱਡੇ ਇਤਰਾਜ਼ ਚੁਕੇ ਨੇ ਅਸਲ ਵਿੱਚ ਇਹ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਕਈ ਵਾਰ ਸਿੱਖ ਇਤਿਹਾਸ ਤੇ ਬਣੀਆਂ ਫਿਲਮਾਂ ਨੇ ਹਮੇਸ਼ਾ ਵਿਵਾਦ ਪੈਦਾ ਕੀਤੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਬਜ਼ਾਦਿਆਂ ਤੇ ਆਧਾਰਿਤ ਫਿਲਮ ਚਾਰ ਸਹਬਜ਼ਾਦੇ ਦੇ ਅਧਿਕਾਰ ਖਰੀਦਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਉਦੋਂ ਤੋਂ ਹੀ ਸ਼੍ਰੋਮਣੀ ਕਮੇਟੀ ਕਿਸੇ ਵੀ ਫਿਲਮ ਨੂੰ ਹਰੀ ਝੰਡੀ ਦੇਣ ਤੋਂ ਟਾਲਾ ਵੱਢਦੀ ਆ ਰਹੀ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਫਿਲਮ ਬਣਾਉਣ ਲਈ ਹਰਮਿੰਦਰ ਸਿੰਘ ਸਿੱਕਾ ਡਾਇਰੈਕਟਰ ਉੱਪਰ ਵੀ ਸਵਾਲ ਉੱਠੇ ਸਨ ਪੰਜਾਬ ਸਰਕਾਰ ਵੱਲੋਂ ਆਪਣੇ ਵਿਧਾਇਕਾਂ ਲਈ ਫਿਲਮ ਦਿਖਾਉਣ ਦੇ ਫੈਸਲੇ ਤੋਂ ਬਾਅਦ ਐ ਜੀ ਪੀ ਸੀ ਨੇ ਹਾਲਾਂਕਿ ਕੋਈ ਅਧਿਕਾਰਿਤ ਮਦਰਹੁੱਡ ਨੂੰ ਲੈ ਕੇ ਬੇਸ਼ੱਕ ਐਸਜੀਪੀਸੀ ਨੇ ਫਿਲਮ ਨੂੰ ਨੋਬਜੈਕਸ਼ਨ ਸਰਟੀਫਿਕੇਟ ਫਿਲਹਾਲ ਨਹੀਂ ਦਿੱਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ